ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਟਿਊਟੋਰੀਅਲ ਹੈਗਾ ਉਹ ਪੱਗ ਕਿਸ ਤਰ੍ਹਾਂ ਸਜਾਣੀ ਆਪਣੇ ਸਿਰ ਦੇ ਉੱਤੇ ਦਸਤਾਰ, ਉਹ ਅੱਜ ਮੈਂ ਕੋਸ਼ਿਸ਼ ਕਰਾਂਗਾ ਕਿ ਤੁਸੀਂ ਲੋਕ ਸਿੱਖ ਜਾਓ। ਵਾਹਿਗੁਰੂ ਜੀ, ਇਹ ਕਰੀਬ 5 ਮੀਟਰ ਵਾਲੀ ਪਗੜੀ ਹੈ ਸਿੰਗਲ, ਇਹ ਮੈਂ ਪੌਣੀ ਕਰਕੇ ਰੱਖੀ ਹੈ। ਇਹਦਾ ਇੱਕ ਸਿਰਾ ਜਿਹੜਾ ਹੈਗਾ ਰੱਖ ਦਿੱਤੀ ਮੈਂ ਕੁਰਸੀ ਦੇ ਉੱਤੇ। 2 ਮਿੰਟਾਂ ਵਿੱਚ ਆਪਾਂ ਬੰਦ ਕੇ ਆਪਣੇ ਕੰਮ ਵਾਸਤੇ ਜਾ ਸਕਦੇ ਹਾਂ। ਲਿਖ ਰਿਹਾ ਯੈਸ, ਇਹ ਹੁਣ ਜਿਹੜਾ ਹੈ ਦੂਜਾ ਇਸ ਪਾਸੇ ਗਿਆ, ਇਹ ਹੁਣ ਇਸ ਪਾਸੇ ਲੈ ਜਾਵਾਂਗਾ। ਕਾਫੀ ਇੱਥੇ ਟ੍ਰੈਂਗਲ ਆ ਜਾਵੇ, ਹੁਣ ਆਪਾਂ ਨੈਕਸਟ ਜਿਹੜਾ ਹੈ ਜਿੱਥੇ ਕਵਰਡ ਨਹੀਂ ਉਸ ਪੋਰਸ਼ਨ ਨੂੰ ਕਵਰ ਕਰ ਲਵਾਂ। ਹੁਣ ਆਪਣਾ ਅਗਲਾ ਇਹ ਥੋੜ੍ਹਾ ਉਸ ਤੋਂ ਵੀ ਉੱਤੇ ਆਪਾਂ ਚੜਾ ਦੇਵਾਂਗੇ। ਇਹ ਲਾਸਟ ਹੈਗਾ, ਇਹ ਹੁਣ ਇਸ ਤੋਂ ਵੀ ਥੋੜ੍ਹਾ ਇਸ ਤਰ੍ਹਾਂ ਕਰਕੇ ਅਗਲਾ ਇਹ ਜਿਹੜਾ ਲਾਸਟ ਵਾਲਾ ਮੈਂ ਅੰਦਰ ਪਾ ਦਿੱਤਾ, ਇਹ ਥੋੜ੍ਹਾ ਦਬਾ ਕੇ ਫਿਨਿਸ਼ਿੰਗ ਕਰ ਦਿੱਤੀ ਹੈ। ਇਹ ਜਿਹੜਾ ਪਹਿਲੇ ਮੂੰਹ ਵਿੱਚ ਪਾਇਆ ਸੀ ਇਸ ਨੂੰ ਉੱਤੋਂ ਜਿਹੜਾ ਇਸ ਤਰ੍ਹਾਂ ਕੱਢ ਕੇ ਥੋੜ੍ਹਾ ਖਿੱਚ ਲਿਆ। ਪਿਛਲਾ ਪਾਸਾ ਜੇ ਹੈਗਾ ਇਸ ਨੂੰ ਲੈ ਕੇ ਇਹ ਜੂਏ ਦੇ ਨੇੜੇ ਹੈਗਾ, ਇਸਨੂੰ ਥੋੜ੍ਹਾ ਇਸ ਤਰ੍ਹਾਂ ਕਰ ਲਿਆ, ਫੈਲਾ ਦਿੱਤਾ, ਪੂਰਾ ਫੈਲ ਗਿਆ। ਹੁਣ ਉਸਨੂੰ ਐਸਾ ਆਪਾਂ ਇਸ ਤਰ੍ਹਾਂ ਕਰਕੇ ਚਾਹੀਦਾ ਵਿੱਚ ਲਾਸਟ ਵਾਲੇ ਨੂੰ ਵੀ ਪਿੱਛੇ ਬੋਲ ਦਿੱਤਾ। ਪੱਗ ਦੇਖੋ 2 ਮਿੰਟ ਵਿੱਚ ਕੰਪਲੀਟ ਹੋ ਗਈ ਹੈ। ਹੁਣ ਆਪਾਂ ਕਿਧਰੇ ਵੀ ਜਾ ਸਕਦੇ, ਉੱਤੇ ਮਰਜ਼ੀ ਚਾਹੀਏ। 2 ਮਿੰਟ ਲੱਗੇ ਨੇ ਮੈਨੂੰ, 2-2.5 ਮਿੰਟ ਬਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।